ਅੱਜ ਦੇ ਅੰਕ ਵਿੱਚ ਅਸੀਂ ਇੱਕ ਐਸੇ ਸਿਆਸਤਦਾਨ ਨਾਲ ਮੁਲਾਕਾਤ ਕਰਾਂਗੇ ਜੋ ਆਪਣੇ ਆਪ ਵਿੱਚ ਹੀ ਇੱਕ ਬ੍ਰਾਂਡ ਹਨ। ਆਓ ਅਸੀਂ ਰੂਬਰੂ ਹੋਈਏ ਸੁਖਪਾਲ ਖਹਿਰਾ ਨਾਲ, ਜੋ ਪਹਿਲੇ ਕਾਂਗਰਸ ਦੇ ਬੁਲਾਰੇ ਸਨ ਤੇ ਅੱਜ ਆਪ ਵਿੱਚ ਸ਼ਾਮਿਲ ਹੋ ਚੁੱਕੇ ਹਨ। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ ਟੁਡੇ। ਥੈਂਕ ਯੂ ਜੀ। ਸੁਖਪਾਲ ਜੀ, ਤੁਸੀਂ ਪਹਿਲੀ ਆਪ ਦੀ ਰੈਲੀ, ਤੁਹਾਡੀ ਹਾਊ ਯੂ ਫੀਲਿੰਗ ਆਫਟਰ ਸਕਸੈਸ ਆਫ ਦ ਰੈਲੀ? ਦੇਖੋ, ਇਟ ਇਜ਼ ਅ ਵੈਰੀ ਐਕਸਟਰਾਆਰਡੀਨਰੀਲੀ ਸਕਸੈਸਫੁਲ ਰੈਲੀ। ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਨਹੀਂ ਆ ਰਹੇ, ਸੋ ਪੰਜਾਬ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਏਗੀ ਲੀਡਰ ਦਾ ਵੈਕਿਊਮ ਫਿਲ ਕਰਨਾ, ਉਹ ਕਿੱਦਾਂ ਕਰਾਂਗੇ ਅਸੀਂ? ਨਹੀਂ, ਦੇਰ ਇਜ਼ ਨੋ ਡਰਥ ਆਫ ਲੀਡਰਸ਼ਿਪ ਜੀ, ਆਲ ਯੂ ਨੀਡ ਇਨ ਪੰਜਾਬ ਇਜ਼ ਓਨੈਸਟੀ, ਯੂ ਨੋ, ਲਾਈਕ ਕੋਈ ਸਟੇਟ ਨੂੰ ਚਲਾਉਣ ਲਈ ਕੋਈ ਰੋਕਟ ਸਾਇੰਸ ਦੀ ਲੋੜ ਨਹੀਂ ਗੀ ਕਿ ਬਹੁਤ PhD ਬੰਦਾ ਹੋਣਾ ਚਾਹੀਦਾ, ਸਾਦਗੀ ਔਰ ਇਮਾਨਦਾਰੀ ਚਾਹੀਦੀ ਹੈ। ਲੋਕ ਤੰਗ ਆ ਚੁੱਕੇ ਨੇ ਇਸ ਸਿਸਟਮ ਤੋਂ। ਇੱਕ ਸਾਦਾ ਆਦਮੀ ਉੱਠ ਕੇ ਫਰਜ਼ ਕਰੋ ਪੁਲਿਸ ਸਟੇਸ਼ਨ ਜਾਂਦਾ, ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ, ਪਟਵਾਰੀ ਕੋਲ ਜਾਂਦਾ ਉਹਨੂੰ ਧੱਕੇ ਮਾਰ ਕੇ। ਆਲ ਦੇ ਆਰ ਆਸਕਿੰਗ ਇਜ਼ ਦੀਸ, ਜਿਹੜੇ ਸੋ ਕਾਲਡ ਪੁਰਾਣੀਆਂ ਪਾਰਟੀਜ਼ ਦੇ ਲੋਕ ਨੇ, ਜਾਂ ਤਾਂ ਉਹ ਸਿਫਾਰਿਸ਼ ਮੰਗਦੇ ਨੇ ਅਫਸਰ, ਜਾਂ ਮੰਗਦੇ ਨੇ ਪੈਸਾ। ਸੋ ਲੋਕ ਇਹਨਾਂ ਗੱਲਾਂ ਤੋਂ ਤੰਗ ਆਏ ਨੇ, ਔਰ ਇਹ ਜਿਹੜਾ ਬਦਲ ਆਮ ਆਦਮੀ ਪਾਰਟੀ ਨੇ ਲਿਆਂਦਾ ਪੰਜਾਬ ਦੇ ਵਿੱਚ, ਇਹਨੂੰ ਇੱਕ ਬਹੁਤ ਦੇਰ ਇਜ਼ ਅ ਗਰਾਊਂਡ ਸਵੈਲ ਫਰੋਮ ਡਾਊਨ, ਬਹੁਤ ਲੋਕ ਇਹਨੂੰ ਵੋਟ ਪਾਉਣਾ ਚਾਹੁੰਦੇ, ਔਰ ਤੁਸੀਂ ਦੇਖੋਗੇ ਕਿ 2017 ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਜਿੱਤ ਹੋਵੇਗੀ ਜੀ। ਸਮਵੇਰ ਤਾਂ ਲੱਗਦਾ ਕਿ ਰਾਹੁਲ ਵੀ ਖਾਰੇ ਹੋਏ ਲੀਡਰ ਨੇ, ਜਿਵੇਂ ਮੈਂ ਕਿਹਾ ਦੈਟ ਮੀਨਸ ਉਹਨਾਂ ਦਾ ਕਨਵਿਕਸ਼ਨ ਲੈਵਲ ਹੈਗਾ ਦੈਟਸ ਵੈਰੀ ਵੀਕ। ਤੇ ਜੇ ਰਾਹੁਲ ਗਾਂਧੀ ਇੰਨੇ ਕਮਜ਼ੋਰ ਨੇਤਾ ਨੇ ਤੇ ਫਿਰ ਉਹ ਕਿਸੇ ਸੂਬੇ 'ਚ ਵੀ ਚੇਂਜ ਨਹੀਂ ਲਿਆ ਸਕਣਗੇ। ਚਲੋ, ਅਸੀਂ ਸੋਚਦੇ ਹਾਂ ਜੇ ਤੁਸੀਂ ਇਲੈਕਸ਼ਨ ਜਿੱਤ ਗਏ ਹੋ, ਹਾਂਜੀ, ਪੰਜਾਬ ਨੂੰ ਅੱਜ ਪ੍ਰੋਬਲਮ ਜੋ ਫੇਸ ਕਰ ਰਹੀ ਹੈ, ਪਹਿਲਾਂ ਅਸੀਂ ਡਰੱਗਸ ਦੇ ਇਸ਼ੂ ਤੇ ਆਈਏ, ਠੀਕ ਹੈ ਜੀ, ਤੁਸੀਂ ਇਹਦਾ ਕੀ ਸੋਲੂਸ਼ਨ ਲੈ ਕੇ ਆਓਗੇ? ਅਗਰ ਪੰਜਾਬ ਸਰਕਾਰ ਦਾ ਜਿਹੜਾ ਟੌਪ ਆਦਮੀ ਹੈ, ਚੀਫ ਮਿਨਿਸਟਰ ਜਿਹੜਾ ਵੀ ਹੋਵੇ ਪੰਜਾਬ ਦਾ, ਉਹ ਅਗਰ ਆਪਣਾ ਮਨ ਬਣਾ ਲਵੇ, ਵੈਰੀ ਸਟਰੋਂਗ ਵਿਲ ਪਾਵਰ ਕਿ ਮੈਂ ਕਿਸੇ ਨੂੰ ਸਪੇਅਰ ਨਹੀਂ ਕਰਨਾ, ਐਂਡ ਦ ਲਾਅ ਆਫ ਪੰਜਾਬ ਵਿਲ ਬੀ ਸੇਮ ਫੋਰ ਐਵਰੀਬਡੀ, ਤਾਂ ਮੈਂ ਸਮਝਦਾ ਕਿ ਡਰੱਗਸ ਦੀ ਸਮੱਸਿਆ ਨੂੰ ਕਾਫੀ ਕੰਟਰੋਲ ਕੀਤਾ ਜਾ ਸਕਦਾ। ਜਗਦੀਸ਼ ਭੋਲਾ ਜਿਹੜਾ 6,000 crore ਦਾ ਡਰੱਗ ਤਸਕਰ, ਕਿ ਬਿਕਰਮ, ਅਗਰ ਫੇਅਰ ਜਾਂਚ ਹੋ ਜਾਏ ਤਾਂ ਮੈਂ ਬਿਕਰਮ ਮਜੀਠੀਆ ਦਾ ਸਾਰਾ ਰੋਲ ਦੱਸਣ ਲਈ ਤਿਆਰ ਹੈ, ਲੇਕਿਨ ਅਕਾਲੀਆਂ ਨੇ ਉਸ ਗੱਲ ਨੂੰ ਸਾਰੀ ਨੂੰ ਦਬਾਤਾ, ਪ੍ਰੈਸ਼ਰ ਪਾ ਕੇ। ਅਗਰ ਪੰਜਾਬ ਗਵਰਨਮੈਂਟ ਓਨੈਸਟ ਤੇ ਇਮਾਨਦਾਰ ਲੋਕਾਂ ਦੀ ਇੱਕ ਵਾਰੀ ਸਰਕਾਰ ਬਣ ਜਾਏ, ਅਸੀਂ ਆਪਣੀ ਰੈਵਨਿਊ ਬਹੁਤ ਜਨਰੇਟ ਕਰ ਸਕਦੇ ਹਾਂ। ਅਸੀਂ ਜਿਹੜਾ ਬੇਲੋੜਾ ਖਰਚਾ 250-250 ਸਿਕਿਉਰਿਟੀ ਵਾਲੇ ਲਈ ਫਿਰਦੇ ਨੇ, ਹੈਲੀਕਾਪਟਰ ਜਹਾਜ਼ ਉਡਾ ਰਹੇ ਨੇ, ਅਫਸਰ ਗੋਲਫ ਖੇਡ ਰਹੇ ਨੇ, ਇਹਨਾਂ ਕੋਲ 20-20 ਬੰਦੇ ਘਰਾਂ ਦੇ ਵਿੱਚ ਨੇ, ਵੀਲ ਹੈਵ ਟੂ ਯੂ ਨੋ ਇੰਪਲੀਮੈਂਟ ਅਸਟਿਊਰਿਟੀ ਮੈਜਰਸ ਵੈਰੀ ਸਟਰੋਂਗਲੀ, ਖਰਚੇ ਘੱਟ ਡਾਊਨ ਕਰਾਂਗੇ ਜਿੱਥੇ ਸਾਡੀਆਂ ਲੀਕੇਜਸ ਹੋ ਰਹੀਆਂ, ਜਿੱਥੇ ਟੈਕਸੇਸ਼ਨ ਵਗੈਰਾ ਜਿਹੜੇ ਲੋਕ ਨਹੀਂ ਬੇਈਮਾਨੀ ਕਰ ਰਹੇ ਨੇ, ਉਹ ਲੀਕੇਜਸ ਪਲੱਗ ਕਰਾਂਗੇ, ਰੈਵਨਿਊ ਵਧਾਵਾਂਗੇ। ਔਰ ਆਈ ਐਮ ਕੁਆਇਟ ਸ਼ੋਰ ਕਿ ਨੋਟ ਨੈਸੈਸਰਲੀ ਕਿ ਗਵਰਨਮੈਂਟ ਆਫ ਇੰਡੀਆ ਹੀ ਹਰ ਗੱਲ ਵਿੱਚ ਹਰ ਸਟੇਟ ਦੀ ਮਦਦ ਕਰੇ, ਖੁਦ ਦੀ ਮਦਦ ਕਰਨਾ ਵੀ ਸਾਨੂੰ ਸਿੱਖਣਾ ਪਵੇਗਾ ਜੀ। ਤੁਹਾਡੇ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਬਦਲਾਵ ਜ਼ਰੂਰ ਦੇਖਾਂਗੇ ਜੋ ਪੰਜਾਬ ਲਈ ਚੰਗਾ ਹੋਏਗਾ। ਫਿਰ ਮਿਲਾਂਗੇ ਇੱਕ ਨਵੀਂ ਮੁਲਾਕਾਤ।